तू ही
ਹੀ ਹੈ ਮਾਤ ਪਿਤਾ ਫੁੰਨ ਤੂੰ ਹੈ, ਤੂੰ ਹੀ ਹੈ ਪੋਖਣਹਾਰ ਗੁਸਈਆ, ਤੇਰੋ ਹੀ ਮਾਣ ਅਰਤਾਣ ਤੇਰੋ ਹੀ, ਤੇਰੋ ਹੀ ਆਸ ਭਰੋਸਾ ਕਹੀਐ। ਨਿਮਾਣੇ ਕੋ ਮਾਣ, ਨਿਤਾਣੇ ਕੋ ਤਾਣ, ਨਿਥਾਵੇ ਕੋ ਥਾਨ, ਤੂੰ ਹੀ ਸਭ ਗਈਐ। ਪਾਪ ਪਰੋਂ ਪਰਮੇਸ਼ਰ ਤੋਹੇ ਕਹਿ, ਬਾਰੰਬਾਰ ਤੁਜੈ ਬਲ ਜਈਐ। ਸੇਵ ਕਰੋ ਕਰੁਣਾ ਨਿਤ ਕੀ ਜਿਹ ਸੇਵਤ, ਚਾਰ ਪਦਾਰਥ ਪਈਆ ਨਾਮ ਲਈਏ, ਜਮ ਤਰਾਸ ਮਿਟੈ, ਕਲ ਕਾਲ ਨਸੈ, ਹਰ ਸਰਨ ਸਧਈਐ। ਲੋਕ ਪਰਲੋਕ ਸਭੀ ਸੁਧਰੈ, ਹਰ ਭਗਤ ਪ੍ਰਾਪਤ ਹੋਏ ਧਿਆਈਐ। ਦਾਸ ਗੋਬਿੰਦ ਸਿੰਘ ਫਤਿਹ, ਸਤਿਗੁਰੂ ਕੀ ਐਸੋ ਪ੍ਰਭ ਛੋਟ ਅਵਰ ਕਥ ਜਈਐ। ਦੀਨ ਦੁਨੀਆਂ ਦੇ ਪਾਤਸ਼ਾਹ, ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਤਿਗੁਰੂ, ਮਨ ਚੰਦੀਆਂ ਦੌਲਤਾਂ ਬਰਕਤਾਂ ਦੇ ਦੇਣ ਵਾਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਾਹਿਬ ਜੀ ਦੀ ਪਵਿੱਤਰ ਬਾਰਗਾਹ ਦੇ ਅੰਦਰ ਸਿੱਖ ਪੰਥ ਦੇ ਮਹਾਨ ਸੂਰਬੀਰ ਯੋਧੇ, ਕਹਿਣੀ ਤੇ ਕਰਨੀ ਦੇ ਪੂਰੇ, ਜਿਨ੍ਹਾਂ ਵਰਗਾ ਦੁਨੀਆਂ ਉੱਤੇ ਦੂਜਾ ਕੋਈ ਜੰਮਿਆ ਹੀ ਨਹੀਂ, ਉਹ ਅਨੋਖੇ ਸੂਰਬੀਰ ਯੋਧੇ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਜਿਹੜੇ ਸ਼ਹੀਦੀ ਫੌਜਾਂ ਦੇ ਵੀ ਜਰਨੈਲ ਨੇ ਤੇ ਬ੍ਰਹਮ ਗਿਆਨੀਆਂ ਦੇ ਵਿੱਚੋਂ ਵੀ ਸ਼੍ਰੋਮਣੀ ਨੇ। ਬ੍ਰਹਮ ਗਿਆਨੀ, ਸ਼ਹੀਦੀ ਫੌਜਾਂ ਦੇ ਜਰਨੈਲ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਉਹਨਾਂ ਨੂੰ ਨਤਮਸਤਕ ਹੋਈਏ। ਉਹਨਾਂ ਨੇ ਅੱਜ ਦੇ ਦਿਨ ਯੁੱਧ ਲੜਿਆ, ਯੁੱਧ, ਤੇ ਉਹਨਾਂ ਦੀ ਮਹਾਨ ਸ਼ਹਾਦਤ, ਉਸ ਨੂੰ ਪ੍ਰੇਮ ਅਕੀਦਤ ਸ਼ਰਧਾ ਦੇ ਫੁੱਲ ਭੇਟ ਕਰੀਏ। ਤੇ ਉਹਨਾਂ ਨੂੰ ਭੇਟ ਕਿਹੜੀ ਚੜ੍ਹਾਈਏ ਜੀ, ਉਹਨਾਂ ਨੂੰ ਭੇਟ ਹੀ ਹੋਵੇਗੀ ਜਦੋਂ ਅਸੀਂ ਗੱਜ ਕੇ ਫਤਿਹ ਬੁਲਾਈ ਨਾ ਸਾਰਿਆਂ। ਇੱਕ ਵਾਰੀ ਗੁੰਜਾਰਾਂ ਪੈ ਗਈਆਂ ਤੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਮਿਲ ਜਾਣਗੀਆਂ। ਜੇ ਚਾਹੁੰਦੇ ਹੋ ਖੁਸ਼ੀਆਂ, ਫਿਰ ਸਾਰੇ ਹੀ ਬੋਲਿਓ, ਗਿਣਤੀ ਬੜੀ ਵੱਡੀ ਏ। ਇੱਕ ਵਾਰੀ ਗੁੰਜਾਰਾਂ ਪੈ ਜਾਣ ਔਰ ਬਾਬਾ ਜੀ ਵੀ ਪ੍ਰਸੰਨ ਹੋ ਜਾਣ, ਉਹਨਾਂ ਨੂੰ ਇਸ ਗੱਲ ਦਾ ਨਿਸ਼ਚਾ ਹੋ ਜਾਏ ਵੀ ਜਿਹੜੇ ਸਿੰਘ ਮੇਰੇ ਨਾਲ ਜੂਝਣ ਵਾਸਤੇ ਚੜ੍ਹੇ ਸੀ, ਉਹ ਖਾਲਸਾ ਹਾਲੇ ਵੀ ਜਿਉਂਦਾ, ਉਹ ਬੱਬਰ ਖਾਲਸੇ ਹਾਲੇ ਵੀ ਜਿਉਂਦੇ ਨੇ ਤੇ ਅੱਜ ਵੀ ਉਸੇ ਤਰ੍ਹਾਂ ਹੀ ਗੱਜਦੇ ਨੇ। ਬੈਠੋ ਸਾਰੇ ਸੱਜ ਕੇ, ਆਖੋ ਗੱਜ ਵੱਜ ਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਬਾਬਾ ਦੀਪ ਸਿੰਘ ਜੀ। ਮੈਂ ਕਿੱਥੋਂ ਉਹਨਾਂ ਦੀ ਦਾਸਤਾਨ ਸ਼ੁਰੂ ਕਰਾਂ ਪਿਆਰਿਓ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਉਹ ਅਜਿਹੇ ਦੀਪ ਨੇ, ਇਹੋ ਜਿਹਾ ਜਗ ਦਾ ਚਿਰਾਗ ਹੈ ਸਿੱਖ ਧਰਮ ਦਾ, ਜਿਨ੍ਹਾਂ ਦਾ ਇਤਿਹਾਸ ਪੜ੍ਹ ਕੇ ਕਈ ਗੈਰ ਸਿੱਖ ਵੀ ਸਿੰਘ ਸਜ ਗਏ। ਅੱਜ ਇਹ ਸਟੇਜ 'ਤੇ ਬੈਠੇ ਆ ਬਾਬਾ ਜੀ ਵਡਭਾਗ ਸਿੰਘ ਜੀ, ਜਿਹੜੇ ਰਹਿਣ ਵਾਲੇ ਨੇ ਇੰਡੋਨੇਸ਼ੀਆ ਦੇ। ਅਤੇ ਜਦੋਂ ਬਾਬਾ ਦੀਪ ਸਿੰਘ ਦਾ ਇਤਿਹਾਸ ਪੜ੍ਹਿਆ, ਕਹਿੰਦੇ ਮੇਰੀਆਂ ਅੱਖਾਂ ਨਮ ਹੋ ਗਈਆਂ ਅਤੇ ਮੈਂ ਉਸ ਦਿਨ ਅਕੀਦਾ ਕਰ ਲਿਆ ਵੀ ਮੈਂ ਅੱਜ ਤੋਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਬਣਾਂਗਾ। ਉਹ ਬਾਬਾ ਦੀਪ ਸਿੰਘ ਸਾਹਿਬ ਜੀ, ਜਿਨ੍ਹਾਂ ਦੀ ਬੜੀ ਵੱਡੀ ਕੁਰਬਾਨੀ ਹੈ। ਲਓ ਪਿਆਰਿਓ, ਮੈਂ ਉਹਨਾਂ ਦੀ ਕੁਰਬਾਨੀ ਦਾ ਜ਼ਿਕਰ ਛੇੜਾਂ। ਉਹ ਕਿਹੋ ਜਿਹੀ ਹਸਤੀ ਨੇ, ਜੇ ਚੱਲਦੀ ਨਾ ਗੱਲ ਬ੍ਰਹਮ ਵਿੱਦਿਆ ਦੀ ਅਤੇ ਬ੍ਰਹਮ ਗਿਆਨੀਆਂ ਦੇ ਵੀ ਬ੍ਰਹਮ ਗਿਆਨੀ ਬਾਬਾ ਜੀ, ਉਹ ਐਵੇਂ ਨਹੀਂ ਸੀ। ਕਈ ਜ਼ਿਕਰ ਕਰਦੇ ਨੇ ਕਿ ਬਾਬਾ ਦੀਪ ਸਿੰਘ ਜੀ ਦਾ ਖੰਡਾ 18 ਸੇਰ ਦਾ, ਪਰ ਬਹੁਤ ਘੱਟ ਜਾਣਦੇ ਨੇ ਉਹ ਬਾਬਾ ਦੀਪ ਸਿੰਘ ਦਾ ਜਿਹੜਾ ਖੰਡਾ 18 ਸੇਰ ਦਾ ਸੀ, ਉਹ ਚੁੱਕਣ ਦੇ ਲਈ ਪਾਵਰ, ਉਹ ਚੁੱਕਣ ਦੇ ਲਈ ਸ਼ਕਤੀ ਕਿੱਥੋਂ ਆਈ? ਬਾਬਾ ਦੀਪ ਸਿੰਘ ਜੀ ਦਾ ਜੇ ਖੰਡਾ ਸੀ ਤੇ ਉਹਨਾਂ ਦੇ ਕੋਲ ਸਰੰਦਾ ਵੀ ਹੈਗਾ ਸੀ, ਉਹ ਸਰੰਦੇ ਨਾਲ ਕੀਰਤਨ ਕਰਦੇ ਸੀ ਅੰਮ੍ਰਿਤ ਵੇਲੇ। ਭਗਤੀ ਦੇ ਵਿੱਚੋਂ ਸ਼ਕਤੀ ਪੈਦਾ ਹੁੰਦੀ ਏ। ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹਰ ਰੋਜ਼ ਕਰਦੇ ਸੀ ਬਾਬਾ ਜੀ, ਔਰ ਭਜਨ ਏਡਾ ਕੋ ਗੁਰੂ ਗੁਰੂ ਕਰਦੇ ਹੀ ਰਹਿਣਾ ਤੇ ਲਿਖਾਰੀ ਏਡੇ ਤਕੜੇ। ਚਾਰ ਸਰੂਪ ਗੁਰਮੁਖੀ ਵਿੱਚ ਲਿਖੇ, ਇੱਕ ਚੌਂਕੜੇ ਵਹਿ ਕੇ, ਛੋਲੇ ਚੱਪ ਕੇ, ਜਲ ਪੀ ਕੇ, ਚਾਰ ਸਰੂਪ ਲਿਖ ਦਿੱਤੇ। ਚਾਰ ਪੰਜਵਾਂ ਉਹ ਅਰਬੀ ਫਾਰਸੀ ਦੇ ਵਿੱਚ ਲਿਖ ਕੇ ਅਰਬ ਕੰਟਰੀ ਨੂੰ ਘਲਾਇਆ ਔਰ ਦੱਸਿਆ, ਓਏ ਅਰਬ ਦੇ ਵਿੱਚ ਵਸਣ ਵਾਲਿਓ,
ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਵੀ ਉਪਦੇਸ਼ ਦਿੰਦੇ ਨੇ, ਇਹ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਦੇ ਸਾਂਝੇ ਨੇ, ਪੜ੍ਹੋ ਤੁਹਾਡਾ ਵੀ ਭਲਾ ਹੋਵੇ। ਉਹਨਾਂ ਦੇ ਲਈ ਵੀ ਸਰੂਪ ਬਾਬਾ ਜੀ ਨੇ ਘੱਲਿਆ। ਔਰ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਜਦੋਂ ਜੀਵਨ ਪੜ੍ਹੀ ਦਾ ਨਾ, 18 ਸਾਲ ਦੀ ਉਮਰ ਵਿੱਚ ਮਿਲੇ ਮਹਾਰਾਜ ਨੂੰ, 18 ਸਾਲ ਦੇ ਸੀ ਬਾਬਾ ਜੀ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਮਿਲਾਪ ਹੋਇਆ। ਕਲਗੀਆਂ ਵਾਲੇ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਦਿੱਤਾ, ਦੀਪ ਸਿੰਘ ਨਾਮ ਰੱਖ ਦਿੱਤਾ, ਸ਼ਾਸਤਰ ਵਿਦਿਆ, ਔਰ ਨਾਲ ਨਾਲ ਸ਼ਾਸਤਰ ਤੇ ਸ਼ਾਸਤਰ ਦੋਏ ਸਿਖਾਏ, ਸ਼ਾਸਤਰਾਂ ਦੇ ਵੀ ਧਨੀ ਔਰ ਵਿਦਵਾਨ ਵੀ ਬਣਾ ਕੇ ਕਹਿ ਦਿੱਤਾ ਆਪਣੇ ਨਗਰ ਪਹੂ ਪਿੰਡ ਚਲੇ ਜਾਓ। ਉੱਥੇ ਜਾ ਕੇ ਮਾਝੇ ਦੀ ਧਰਤੀ ਤੇ ਜਾ ਕੇ ਗੁਰਬਾਣੀ, ਗੁਰਮਤ, ਗੁਰ ਇਤਿਹਾਸ ਇਸ ਗੱਲ ਦਾ ਪ੍ਰਚਾਰ ਕਰੋ। ਹਾਂ, ਬਿਨਾਂ ਬੁਲਾਏ ਨਾ ਆਇਓ, ਜਦੋਂ ਬੁਲਾਈਏ ਨਾ ਉਦੋਂ ਆਇਓ। ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਛੱਡਿਆ, ਸਰਸਾ ਕੰਢੇ ਯੁੱਧ ਲੜਿਆ, ਚਮਕੌਰ ਦੀ ਧਰਤੀ ਤੇ ਉਹ ਅਨੋਖਾ ਜੰਗ ਲੜਿਆ ਜਿਹੋ ਜਿਹਾ ਦੁਨੀਆ ਉੱਤੇ ਕਿਸੇ ਹੋਰ ਨੇ ਨਹੀਂ ਲੜਿਆ। ਰਹਿਬਰ ਵੜੇ ਹੋਏ ਆ, ਪਰ ਕਲਗੀਆਂ ਵਾਲੇ ਵਰਗਾ ਕੋਈ ਨਹੀਂ ਹੋਇਆ। ਉਹ ਮਹਾਬਲੀ ਤਪਸਵੀ ਵੀਰ ਯੋਧਾ, ਪਿਤਾ ਪੰਥ ਦਾ ਇੱਕ ਅਕਾਲ ਦਾ ਪੁੱਤ, ਉਹ ਮਾਂ ਗੁਜਰੀ ਦੇ ਦੁੱਧ ਦੀ ਮਹਾਂ ਸ਼ਕਤੀ, ਮੁੜ ਕੇ ਜੰਮਣਾ ਨਹੀਂ ਉਹਦੇ ਨਾਂ ਦਾ ਪੁੱਤ। ਉਹ ਕਲਗੀਆਂ ਵਾਲੇ ਸਤਿਗੁਰੂ ਇੱਥੋਂ ਹੁੰਦੇ ਹੋਏ ਮਾਛੀਵਾੜੇ ਆਪਣੇ ਮਾਹੀ ਨੂੰ ਪਿਆਰ ਦੇ, ਮਿੱਤਰ ਨੂੰ ਆਪਣੇ ਯਾਰ ਨੂੰ ਪਿਆਰ ਦੇ ਸੁਨੇਹੇ ਦੇ ਕੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿ ਕੇ ਕੰਡੀਆਂ ਦੀਆਂ ਸੇਜਾਂ ਦੇ ਉੱਤੇ ਪੈ ਕੇ ਪੰਥ ਦਾ ਮਾਲਕ ਦਮਦਮਾ ਸਾਹਿਬ ਪਹੁੰਚ ਗਿਆ। ਜਦੋਂ ਉੱਥੇ ਪਹੁੰਚੇ, ਸਿੰਘ ਕਹਿਣ ਲੱਗੇ, ਮਹਾਰਾਜ ਤੁਸੀਂ ਆਖਿਆ ਸੀ ਨਾ ਵੀ ਵਿੱਦਿਆ ਪੜ੍ਹਾਓਗੇ, ਕਿਰਪਾ ਕਰੋ ਨਾ ਗੁਰਬਾਣੀ ਪੜ੍ਹਾਓ, ਗੁਰਬਾਣੀ ਦੇ ਅਰਥ ਵੀ ਸੁਣਾਓ। ਮਹਾਰਾਜ ਕਹਿੰਦੇ ਇੰਜ ਕਰੋ, ਸਾਡੇ ਕਈ ਸਿੰਘ ਨੇ ਜਿਨ੍ਹਾਂ ਨੂੰ ਹੁਕਮ ਸੀ ਵੀ ਬਿਨਾਂ ਬੁਲਾਏ ਨਹੀਂ ਆਉਣਾ, ਜਾਂ ਉਹਨਾਂ ਨੂੰ ਲੈ ਕੇ ਆਓ। ਬਾਬਾ ਦੀਪ ਸਿੰਘ ਜੀ ਦੇ ਵੱਲ ਸਿੰਘ ਘੱਲੇ ਗਏ। ਬਾਬਾ ਦੀਪ ਸਿੰਘ ਜੀ ਨੂੰ ਲੈਣ ਵਾਸਤੇ ਆਏ, ਬੈਰਾਗੀ ਹੋਏ, ਨਾਮ ਦੇ ਵਿੱਚ ਰੰਗੇ ਬਾਬਾ ਜੀ। ਜਦੋਂ ਕਲਗੀਆਂ ਵਾਲੇ ਦੇ ਚਰਨਾਂ ਦੇ ਉੱਤੇ ਸੀਸ ਰੱਖਿਆ ਨਾ, ਨੇਤਰਾਂ 'ਚ ਵਹਿੰਦੇ ਜਲ ਨੇ ਮਹਾਰਾਜ ਦੇ ਚਰਨ ਧੋ ਦਿੱਤੇ। ਸਤਿਗੁਰੂ ਕਹਿਣ ਲੱਗੇ, ਦੀਪ ਸਿੰਘ ਆ ਇਤਨਾ ਬੈਰਾਗ ਕਿਉਂ ਕਰਦਾ? ਕਹਿਣ ਲੱਗੇ, ਮਹਾਰਾਜ ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਖੰਡੇ ਖੜਕਾਉਂਦਾ ਅਤੇ ਮੈਂ ਵੀ ਅਜੀਤ ਸਿੰਘ ਦੇ ਨਾਲ ਹੀ ਕਿਤੇ ਸ਼ਹੀਦੀ ਪਾਉਂਦਾ। ਮਹਾਰਾਜ ਜੀ, ਮੈਨੂੰ ਖੰਡੇ ਖੜਕਾਉਣ ਤੋਂ, ਸ਼ਹਾਦਤ ਦੇ ਬਾਟੇ ਤੋਂ ਤੁਸੀਂ ਵਾਂਝਾ ਕਿਉਂ ਰੱਖਿਆ? ਮਹਾਰਾਜ ਜੀ ਨੇ ਨੀਝ ਲਾ ਕੇ ਵੇਖਿਆ। ਕਹਿਣ ਲੱਗੇ, ਦੀਪ ਸਿੰਘ ਜੀ ਹੁਣ ਕੀ ਹੋ ਗਿਆ? ਹਾਲੇ ਕਿਹੜੇ ਖੰਡੇ ਖੜਕਣੋਂ ਹਟ ਗਏ ਆ? ਤੁਹਾਡਾ ਇਹੋ ਜਿਹਾ ਖੰਡਾ ਖੜਕੇਗਾ, ਤੁਹਾਡੇ ਖੰਡੇ ਖੜਕੇ ਹੋਏ ਦੀਆਂ ਗੱਲਾਂ ਘਰ ਘਰ ਦੇ ਵਿੱਚ ਹੋਣਗੀਆਂ, ਤੇਰੇ ਕੋਲੋਂ ਵੱਡੇ ਵੱਡੇ ਕੰਮ ਕਰਵਾਵਾਂਗੇ, ਪਰ ਹਾਲੇ ਖੰਡੇ ਖੜਕਾਉਣ ਦਾ ਵੇਲਾ ਨਹੀਂ। ਜਾਓ ਕਰਤਾਰਪੁਰ ਜਾਓ ਤੇ ਧੀਰਮਲ ਦੀ ਔਲਾਦ ਕੋਲੋਂ ਸਰੂਪ ਲੈ ਕੇ ਆਓ ਗ੍ਰੰਥ ਸਾਹਿਬ ਦਾ। ਮਹਾਰਾਜ ਜੀ, ਜੇ ਉਹਨਾਂ ਨਾਂ ਦਿੱਤਾ, ਮਹਾਰਾਜ ਕਹਿੰਦੇ ਜ਼ੋਰ ਨਹੀਂ ਕਰਨਾ, ਪਿਆਰ ਨਾਲ ਬਣ ਜਾਣ ਤਾਂ ਵੀ ਵਾਹ ਵਾਹ, ਨਹੀਂ ਤੇ ਵਾਪਸ ਆ ਜਾਇਓ। ਬਾਬਾ ਜੀ ਆਏ ਕਰਤਾਰਪੁਰ ਤੇ ਉਹਨਾਂ ਅੱਗਿਓਂ ਟੁੱਚਰਾਂ ਡਾਹੀਆਂ। ਕਹਿੰਦੇ, ਗੁਰੂ ਗੋਬਿੰਦ ਸਿੰਘ ਜੀ ਕਿਹਨਾਂ ਦੀ ਜੋਤ ਨੇ? ਕਹਿਣ ਲੱਗੇ, ਜੋਤ ਤੇ ਗੁਰੂ ਨਾਨਕ ਸਾਹਿਬ ਦੀ ਨੇ, ਇੱਕੋ ਹੀ ਜੋਤ ਹੈ। ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਕਹਿੰਦੇ, ਜੇ ਉਹਨਾਂ ਦੀ ਜੋਤ ਨੇ ਫਿਰ ਸਾਡੇ ਵੱਲ ਕਿਉਂ ਵੇਖਦੇ ਨੇ? ਆਪ ਹੀ ਬਾਣੀ ਕਿਉਂ ਨਹੀਂ ਰਚ ਲੈਂਦੇ? ਆਪ ਹੀ ਤੇ ਬਾਣੀ ਰਚ ਹੀ ਸਕਦੇ ਆ, ਹੋਰ ਸਰੂਪ ਬਣਾ ਲੈਣ। ਬਾਬਾ ਜੀ ਕਹਿੰਦੇ, ਦੱਸ ਤੇ ਤੁਹਾਨੂੰ ਦਿੰਦੇ ਜਿਹੋ ਜਿਹੀਆਂ ਗੱਲਾਂ ਕਰਦੇ ਹੋ, ਪਰ ਮਹਾਰਾਜ ਦਾ ਹੁਕਮ ਨਹੀਂ ਸਾਨੂੰ, ਨਹੀਂ ਤਾਂ ਤੁਹਾਨੂੰ ਦੱਸ ਦੇ ਭਈ ਕਿੱਦਾਂ ਮੋਹਰਿਓ ਗੱਲਾਂ ਕਰੀ ਦੀਆਂ। ਬਾਬਾ ਦੀਪ ਸਿੰਘ ਜੀ ਵਾਪਸ ਚਲੇ ਗਏ, ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਸਾਰੀ ਗੱਲ ਦੱਸੀ। ਮਹਾਰਾਜ ਕਹਿੰਦੇ, ਬਾਬਾ ਜੀ ਸਿਆਹੀ ਲਿਆਓ, ਕਲਮਾਂ ਲਿਆਓ, ਬਾਈ ਮਨੀ ਸਿੰਘ ਜੀ ਲਿਖਣਗੇ, ਤੁਸੀਂ ਸਹਾਇਕ ਹੋਵੋਗੇ, ਸਾਰਾ ਪ੍ਰਬੰਧ ਤੁਸੀਂ ਕਰੋਗੇ ਤੇ ਬਾਕੀ ਸਾਰੇ ਸਿੰਘ ਬਹਿ ਕੇ ਅਰਥ ਸਰਵਣ ਕਰਨਗੇ। ਬਾਣੀ ਲਿਖਵਾਉਣੀ ਮਹਾਰਾਜ ਨੇ ਸ਼ੁਰੂ ਕਰ ਦਿੱਤੀ। ਬਾਣੀ ਲਿਖਦੇ ਗਏ ਔਰ ਸਿੰਘਾਂ ਨੂੰ ਅਰਥ ਪੜ੍ਹਾਉਂਦੇ ਗਏ। ਜਦੋਂ ਇਹ ਪੰਕਤੀ ਪੜ੍ਹੀ ਨਾ, ਬਾਣੀ ਲਿਖਦੇ ਹਾਂ, ਬਾਣੀ ਸਰਵਣ ਕਰਦੇ ਹਾਂ, ਅਰਥ ਵਿਚਾਰਦੇ ਹਾਂ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਜਦੋਂ ਪੰਕਤੀ ਪੜ੍ਹੀ ਨਾ ਤੇ ਬਾਬਾ ਦੀਪ ਸਿੰਘ ਜੀ ਨੇ ਮਹਾਰਾਜ ਨੂੰ ਕਿਹਾ, ਕਹਿਣ ਲੱਗੇ, ਪਾਤਸ਼ਾਹ ਇਹ ਸਿਰ ਧਰ ਕੇ ਤਲੀ ਤੇ ਕੋਈ ਆ ਵੀ ਸਕਦਾ ਕਿ ਸੱਚੇ ਪਾਤਸ਼ਾਹ ਇਹ ਅੰਤਰੀ ਵੀ ਭਾਵੇ ਕੋਈ?
ਮਹਾਰਾਜ ਨੇ ਬਾਬਾ ਜੀ ਵੱਲ ਵੇਖਿਆ, ਵੇਖਦੇ ਰਹੇ, ਕਹਿੰਦੇ ਦੀਪ ਸਿੰਘਾਂ ਹੋਰਾਂ ਦਾ ਤੇ ਪਤਾ ਨਹੀਂ, ਪਰ ਤੂੰ ਸਿਰ ਤਲੀ ਤੇ ਧਰ ਕੇ ਜ਼ਰੂਰ ਆਏਗਾ। ਕਹਿਣ ਲੱਗਾ ਤੇਰੇ ਕੋਲੋਂ ਇਹ ਸੇਵਾ ਜ਼ਰੂਰ ਲਵਾਂਗੇ। ਲਓ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਤੇ ਦੱਖਣ ਨੰਦੇੜ ਗਏ, ਲਵੇਰਾ ਵਰਤਾਂਤ ਹੋ ਜਾਏਗਾ। ਤਿਆਗਰ ਅਹਿਮਦ ਸ਼ਾਹ ਅਬਦਾਲੀ ਹੱਲੇ ਤੇ ਹੱਲਾ ਕਰਦਾ ਰਿਹਾ, ਇਹਨੇ ਦਿੱਲੀ ਲੁੱਟੀ ਕੁੱਟੀ ਮਾਰੀ ਲਤਾੜੀ, ਹਿੰਦੁਸਤਾਨ ਦੀਆਂ ਬਹੁ ਬੇਟੀਆਂ ਸੋਹਣੀਆਂ ਸੁਨੱਖੀਆਂ ਇਹਨੇ ਬੰਨੀਆਂ ਤੇ ਆਪਣੇ ਦੇਸ਼ ਨੂੰ ਲੈ ਤੁਰਿਆ। ਕੋਈ ਮਾਂ ਦਾ ਪੁੱਤ ਨਾ ਉੱਠਿਆ ਜਿਹੜਾ ਸਾਹਮਣੇ ਖੜਦਾ ਧੀਆਂ ਭੈਣਾਂ ਨੂੰ ਬਚਾਉਂਦਾ। ਉਹ ਲੋਕਾਂ ਦੀਆਂ ਕੀ ਬਚਾਉਣੀਆਂ ਸੀ, ਆਪਣੀਆਂ ਨਹੀਂ ਬਚਾਈਆਂ ਗਈਆਂ। ਜਿਹੜੇ ਵੱਡੇ ਛਤਰੀ ਘਾਉਂਦੇ ਸੀ, ਜਿਹੜੇ ਤਰਸ਼ੂਲ ਚੱਕੀ ਫਿਰਦੇ ਸੀ, ਕਿਸੇ ਦੇ ਕੋਲੇ ਨਾ ਟੱਕੇ ਗਏ। ਫਿਰ ਬਾਬਾ ਦੀਪ ਸਿੰਘ ਸਾਹਿਬ ਜੀ, ਕਿਉਂਕਿ ਪੰਜਾਬ ਵਿੱਚੋਂ ਬੀਬੀਆਂ ਆਈਆਂ, ਉਹਨਾਂ ਰੋਇਆ ਕਰਲਾਇਆ ਉੱਚੀ ਉੱਚੀ ਰੋ ਰੋ ਕੇ ਤਹਾਂ ਮਾਰਦਿਆਂ ਕੀ ਆਖਿਆ, ਸ਼ਹੀ ਬਾਬਾ ਸ਼ਹੀ। ਆ ਰੰਨ ਬਸਰੇ ਨੂੰ ਗਈ, ਉਹ ਮੋੜੋ ਬਾਬਾ ਡਾਂਗ ਵਾਲਿਆ, ਉਹ ਕਲਗੀਆਂ ਵਾਲਿਆਂ ਦੇ ਸਿੰਘਾ ਤੇਰੀਆਂ ਭੈਣਾਂ ਨੂੰ ਜ਼ਾਲਮ ਲੈ ਚੱਲਿਆ, ਬਾਬਾ ਸਾਨੂੰ ਬਚਾ ਲੈ। ਇਹ ਕੂਕਾਂ, ਇਹ ਹੌਂਕੇ, ਇਹ ਆਹਾੜੇ ਜਦੋਂ ਸਿੰਘਾਂ ਦੇ ਕੰਨਾਂ ਵਿੱਚ ਪਾਏ ਨਾ, ਜਿੱਥੇ ਕੁਰਕਸ਼ੇਤਰ ਹੈ, ਬਾਬਾ ਦੀਪ ਸਿੰਘ ਜੀ ਨੇ ਸਿੰਘ ਲੈ ਕੇ ਅੱਧੀ ਰਾਤ ਨੂੰ ਹੱਲਾ ਬੋਲ ਦਿੱਤਾ। 12 ਵਜੇ ਅਬਦਾਲੀ ਲੁੱਟਿਆ, ਅਬਦਾਲੀ ਕੁੱਟਿਆ, ਮਾਰਿਆ, ਲਤਾੜਿਆ, ਬਾਬਾ ਡਾਂਗ ਫੇਰੀ। ਦੂਜੇ ਦਿਨ ਵੀ ਰਾਤ ਨੂੰ 12 ਵਜੇ ਹੱਲਾ ਬੋਲਤਾ। ਤੀਜੀ ਰਾਤ ਪਈ, ਵੱਜੇ 12 ਤੇ ਸਿੰਘਾਂ ਨੇ ਫਿਰ ਹੱਲਾ ਕਰਤਾ। 5-7 ਦਿਨ ਸਿੰਘ ਹੱਲਾ ਕਰਦੇ ਰਹੇ ਤੇ ਉਹ ਤੋਂ ਬਾਅਦ 'ਚ ਅੱਲਾ ਦਿੱਤੇ ਆਪਸ ਵਿੱਚ ਵੱਜ ਵੱਜ ਕੇ ਡਿੱਗੀ ਜਾਣ ਅੱਧੀ ਰਾਤੀ। ਉਹ ਇਹ ਕਹਿੰਦਾ ਕੀ ਹੋਇਆ, ਓਏ ਮੇਰੇ 'ਚ ਵੱਜਦਾ ਫਿਰਦਾ ਪਰੇ ਹੋ ਕੇ ਡਿੱਗ। ਉਹ ਕਹਿੰਦਾ ਮੈਂ ਕਿਹਾ ਪਤਾ ਨਹੀਂ ਸਿੰਘ ਹੀ ਆ ਗਏ। ਕਹਿੰਦਾ ਐਵੇਂ ਕਿਉਂ ਭੜਵਾ ਉੱਠਦਾ ਓਏ। ਕਹਿੰਦਾ ਮਿੱਤਰਾ ਆਏ ਨਹੀਂ? ਕਹਿੰਦਾ ਨਹੀਂ ਆਏ। ਕਹਿੰਦਾ ਫਿਰ ਤਕੜਾ ਹੋ ਜਾ ਆਉਣ ਵਾਲੇ, ਕਿਉਂਕਿ 12 ਵੱਜ ਗਏ। ਸਿੰਘ 12 ਵਜੇ ਹੱਲਾ ਕਰਦੇ ਸੀ ਨਾ, ਜਿਹੜੇ ਅੱਜ ਤੁਹਾਡਾ ਮੂੰਹ ਚੜਾਉਂਦੇ ਆ ਤੇ ਕਹਿੰਦੇ ਆ ਵੀ ਸਿੰਘਾਂ ਦੇ 12 ਵੱਜ ਗਏ, ਫਿਰ ਕੰਨਾਂ ਤੇ ਕਰਾਰੀ ਜੀ ਛੱਡਿਆ ਕਰੋ। ਜੇ ਕਹੋ ਵੀ ਇੱਦਾਂ ਕਿਉਂ ਕੀਤਾ, ਪੁੱਛੂਗਾ ਹੀ ਤੇ ਕਹਿ ਦਿਆ ਕਰੋ ਤੂੰ ਹੀ ਕਿਹਾ ਸੀ ਸਾਡੇ 12 ਤੇ ਇੱਦਾਂ ਹੀ ਵੱਜਦੇ ਆ, ਅਸੀਂ ਤੇ ਇੱਦਾਂ ਹੀ ਵਜਾਉਂਦੇ ਰਹੇ। ਬਾਬਾ ਦੀਪ ਸਿੰਘ ਜੀ ਧੀਆਂ ਭੈਣਾਂ ਛਡਾ ਕੇ ਘਰੋਂ ਘਰੀ ਪਹੁੰਚਾ ਕੇ ਜਦੋਂ ਮੁੜ ਕੇ ਬਹਿ ਗਿਆ ਦਮਦਮਾ ਸਾਹਿਬ, ਗੁਰਬਾਣੀ ਦੀਆਂ ਪੋਥੀਆਂ, ਦਸਮ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੀ ਬਾਬਾ ਜੀ ਨੇ ਲਿਖਿਆ, ਜਿਹਦੇ ਉੱਥੇ ਦਰਸ਼ਨ ਹੁੰਦੇ ਆ। ਉਹ ਜਿਹੜੇ ਅੱਜ ਦੇ ਲੋਗੜ ਭੂਗੜ, ਇਹ ਦੁਕੀ ਤਕੀ ਲਿਚਰ ਪਿਚਰ ਜੀ ਬਕਵਾਸ ਮੰਦ ਬਕਦੀ ਫਿਰਦੀ ਨਾ ਮਹਾਰਾਜ ਦੀ ਬਾਣੀ ਦੇ ਬਾਰੇ, ਦਸਵੇਂ ਮਹਾਰਾਜ ਦੀ ਬਾਣੀ ਦੇ ਬਾਰੇ, ਉਹ ਅੱਖਾਂ ਤੋਂ ਅੰਨੇ, ਗਿਆਨ ਤੋਂ ਹੀਣੇ, ਜਾਣ ਕਿਤੇ ਦਮਦਮਾ ਸਾਹਿਬ ਜਿੱਥੇ ਬਾਬਾ ਜੀ ਦੇ ਹੱਥੀਂ ਲਾਏ ਖੂਹ ਦੇ ਦਰਸ਼ਨ ਹੁੰਦੇ ਆ, ਉੱਥੇ ਹੱਥੀਂ ਲਿਖੇ ਦਸਵੇਂ ਮਹਾਰਾਜ ਦੀ ਬਾਣੀ ਦੇ ਵੀ ਦਰਸ਼ਨ ਹੁੰਦੇ ਆ। ਉਹ ਵੀ ਬਾਬਾ ਦੀਪ ਸਿੰਘ ਜੀ ਨੇ ਹੱਥੀਂ ਉੱਥੇ ਸਰੂਪ ਲਿਖਿਆ। ਖੈਰ ਪਿਆਰਿਆਂ, ਮੈਂ ਮਜ਼ਮੂਨ ਲੰਬਾ ਨਾ ਕਰਾਂ। ਅਹਿਮਦ ਸ਼ਾਹ ਅਬਦਾਲੀ ਲੁੱਟ ਕੁੱਟ ਕਰਾ ਕੇ ਜਦੋਂ ਪਹੁੰਚਿਆ ਇਹ ਲਾਹੌਰ ਦੀ ਧਰਤੀ ਦੇ ਉੱਤੇ, ਇਹਨੇ ਸੱਦ ਲਿਆ ਆਪਣੇ ਸਾਰੇ ਦਰਬਾਰੀ। ਉਹ ਕਹਿੰਦੇ ਅਹਿਮਦ ਸ਼ਾਹ ਦੇ ਸਿੰਘਾਂ ਨੇ ਜਦ ਭੁਗਤ ਸਵਾਰੀ ਪਹੁੰਚਾ ਵਿੱਚ ਲਾਹੌਰ ਦੇ, ਉਹਨੇ ਸੱਦ ਲਏ ਦਰਬਾਰੀ। ਉਹ ਕਹਿੰਦਾ ਸਿੱਖਾਂ ਨੇ ਇਹ ਲੁੱਟਿਆ ਕਰਕੇ ਹੁਸ਼ਿਆਰੀ, ਹੁਣ ਖਤਮ ਕਰ ਦਿਓ ਸਿੱਖ ਕੌਮ ਸਾਰੀ ਦੀ ਸਾਰੀ। ਕਹਿੰਦਾ ਹੁਣ ਸਿੱਖ ਨਹੀਂ ਮੈਂ ਦੇਖਣੇ ਚਾਹੁੰਦਾ। ਇਹਨੇ ਆਪਣੇ ਪੁੱਤਰ ਤਮੂਰ ਨੂੰ ਬਣਾਇਆ ਲਾਹੌਰ ਦਾ ਸੂਬੇਦਾਰ ਤੇ ਉਹਦਾ ਸਭ ਤੋਂ ਤਕੜਾ ਜਰਨੈਲ ਬਖਸ਼ੀ ਜਹਾਨ ਖਾਨ, ਉਹਨੂੰ ਦੇ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ। ਇਸ ਨੇ ਕਹਿ ਦਿੱਤਾ ਸਿੱਖਾਂ ਨੂੰ ਲੁੱਟ ਲੈ, ਸਿੱਖਾਂ ਨੂੰ ਕੁੱਟ ਲੈ, ਘਰ ਅੱਗ ਲਾ ਕੇ ਸਾੜ ਦੇ, ਸਿੱਖਾਂ ਨੂੰ ਮਾਰ ਦੇ, ਜੋ ਮਰਜ਼ੀ ਕਰ ਲੈ, ਤੈਨੂੰ ਖੁੱਲੀਆਂ ਛੁੱਟੀਆਂ। ਇਹ ਤੁਰਿਆ ਲਾਹੌਰ ਤੋਂ ਕਰਦਾ ਮਾਰੋ ਮਾਰ, ਲੁੱਟਦਾ ਕੁੱਟਦਾ ਮਾਰਦਾ ਲਤਾੜਦਾ, ਪਹੁੰਚ ਗਿਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ। ਇਹਨੇ ਆਉਂਦਿਆਂ ਸਾਰ ਆਪਣੀ ਫੌਜ ਨੂੰ ਦੇ ਦਿੱਤਾ ਹੁਕਮ, ਕਹਿੰਦਾ ਭਰ ਭਰ ਕੇ ਟੋਕਰੇ ਪੂਰ ਦਿਓ ਸਰੋਵਰ। ਉਹ ਅੰਮ੍ਰਿਤ ਸਰੋਵਰ ਜਿੱਥੇ ਇਕੱਲੇ ਸੇਖੇ ਨਹੀਂ ਡੁੱਬੇ ਲਾਉਂਦੇ, ਉਹ ਕੋਈ ਸਿੱਖ, ਕੋਈ ਜੈਨੀ, ਕੋਈ ਬੋਧੀ, ਕੋਈ ਪਾਰਸੀ, ਕੋਈ ਈਸਾਈ, ਕੋਈ ਮੁਸਲਮਾਨ, ਕੋਈ ਵੀ ਆ ਕੇ ਅੰਮ੍ਰਿਤ ਦੇ ਸਰੋਵਰ ਵਿੱਚ ਟੁੱਬਾ ਲਾ ਕੇ ਨਵਾਂ ਨਿਰੋਆ ਹੋ ਸਕਦਾ। ਜਦੋਂ ਇਹ ਸਰੋਵਰ ਨੂੰ ਅੱਖੀਂ ਵੇਖਿਆ ਬਾਬੇ ਭਾਗ ਸਿੰਘ ਨਿਹੰਗ ਸਿੰਘ ਨੇ, ਜਿਹੜਾ ਸੁਰ ਸਿੰਘ ਦੇ ਰਹਿਣ ਵਾਲਾ, ਜਿੱਥੇ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ ਬੰਸ਼, ਸ਼੍ਰੀਮਾਨ ਬਾਬਾ ਦਇਆ ਸਿੰਘ ਸਾਹਿਬ ਜੀ, ਬਾਬਾ ਅਵਤਾਰ ਸਿੰਘ ਜੀ, ਬਾਬਾ ਗੁਰਬਚਨ ਸਿੰਘ ਜੀ ਤੇ ਬਾਬਾ ਪ੍ਰੇਮ ਸਿੰਘ ਜੀ, ਉਹਨਾਂ ਦੀਆਂ ਅੰਸਵਾਂ ਸਾਹਿਬ ਇੱਥੇ ਆਏ ਬੈਠੇ ਆ। ਤਲਪੰਥ ਆਇਆ ਬੈਠਾ ਸਾਰੇ ਸਿੰਘ, ਉਹ ਸੁਰ ਸਿੰਘ ਦੇ ਰਹਿਣ ਵਾਲਾ ਸੀ ਬਾਬਾ ਭਾਗ ਸਿੰਘ, ਇਹਨੇ ਕੀ ਵੇਖਿਆ ਸਰੋਵਰ ਪੂਰਨ ਦਾ, ਇਹਨੇ ਸਰ ਕਰਦੀ ਤੂਲੀਆਂ ਦੇ ਵਿੱਚੋਂ ਤਲਵਾਰ, ਖਿਆਲ ਆਇਆ ਭਾਗ ਸਿੰਘ ਇਕੱਲਾ ਹੀ ਹੈ, ਕਿੰਨਿਆਂ ਨੂੰ ਮਾਰੇਗਾ।
ਇਹਨਾਂ ਨੂੰ ਵੱਢੇਗਾ ਅੰਤ ਤੂੰ ਵੀ ਮਾਰਿਆ ਜਾਏਗਾ। ਉਹ ਜੇ ਤੂੰ ਚਾਹੁੰਦਾ ਇਹਨਾਂ ਜ਼ਾਲਮਾਂ ਦੀਆਂ ਚਰਾ ਖਿੱਚੀਆਂ ਜਾਣ, ਫਿਰ ਜਾ ਦਮਦਮਾ ਸਾਹਿਬ ਦੀ ਧਰਤੀ ਤੇ, ਉੱਥੇ ਪਿੱਠਾ ਪੰਥ ਦਾ ਵੱਡਾ ਜਰਨੈਲ ਬਾਬਾ ਦੀਪ ਸਿੰਘ ਉਹਨੂੰ ਨਾਲ ਲੈ ਗਿਆ। ਲੋ ਜੀ ਬਾਬਾ ਸਿੰਘ ਮਾਰ ਕੇ ਪਲੱਕੀ ਹੋ ਕੇ ਕੋਈ ਨੇ ਤਕ 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 ਕਰਦਾ ਕੁੜਾ ਪਜਾਇਆ ਪੰਥ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ। ਅੱਗੇ ਬਾਬਾ ਦੀਪ ਸਿੰਘ ਜੀ ਦਰਬਾਰ ਦੇ ਵਿੱਚ ਬੈਠੇ ਨੇ, ਇਹਨੇ ਜਾਂਦਿਆਂ ਮਾਰੀ ਜ਼ੋਰ ਦੀ ਧਾ, ਕਹਿੰਦਾ ਸੁਣ ਲਾ ਸਿੰਘਾ ਸੂਰਿਆ ਤੇਰੇ ਹਰਿਮੰਦਰ ਦਾ ਹਾਲ, ਉਹ ਜਿੱਥੇ ਕਾਗੋਂ ਬਣਦੇ ਹੰਸ ਸੀ ਉਹ ਗਿਆ ਪੂਰੇ ਅਤਾਲ, ਜਾ ਕੇ ਅੱਖੀ ਤੱਕ ਲਿਆ ਤੇਰਾ ਤਖਤ ਅਕਾਲ, ਤੇਰੇ ਘਰ ਨੂੰ ਸ਼ੇਰਾ ਬੱਬਰਾ ਅੱਜ ਬੈਠੇ ਗਿੱਦੜ ਸੰਭਾਲ, ਮੋਰਾਂ ਵਾਲੀਆਂ ਸ਼ਸਤਰ ਚੁੱਕ ਕੇ ਤੇ ਬਣ ਜਾ ਵੈਰ ਦਾ ਕਾਲ। ਬਾਬਾ ਦੀਪ ਸਿੰਘ ਜੀ ਕਹਿੰਦੇ ਭਾਗ ਸਿੰਘ ਕੀ ਕਹਿਣਾ ਚਾਹੁੰਦਾ, ਬਾਬਾ ਭਾਗ ਸਿੰਘ ਇੱਕ ਇੱਕ ਕਰਕੇ ਹਰਿਮੰਦਰ ਸਾਹਿਬ ਦੀ ਜੋ ਜ਼ਾਲਮ ਬੇਹੁਰਮਤੀ ਕਰ ਰਿਹਾ ਸੀ ਉਹ ਦੱਸਦਾ ਜਾਂਦਾ। ਇਹ ਸੁਣਦਿਆਂ ਬੁੱਢਾ ਚਰਨੈਲ ਦੇ ਟੋਲੇ ਫਰਕ ਉੱਠੇ, ਲੈਤਰਾ ਵਿੱਚ ਖੂਨ ਦੇ ਡੋਰੇ ਆ ਗਏ, ਕਰਕੇ ਅਨਾਰ ਦੇ ਫੁੱਲ ਵਰਗੀਆਂ ਅੱਖਾਂ ਬਾਬਾ ਦੀਪ ਸਿੰਘ ਜੀ ਛੱਟ ਕੇ ਚੱਕਰ ਮਾਰ ਕੇ ਲਲਕਾਰਾ ਖਿੱਚ ਕੇ ਖੰਡਾ ਸਾਹਮਣੇ ਬੈਠੇ ਸਿੱਖਾਂ ਨੂੰ ਬੰਗਾਰ ਕੇ ਲਲਕਾਰ, ਦੋ ਗੱਲਾਂ ਇਉਂ ਕਰਦੇ ਆ ਬਈ ਭਾਜੀ ਮੋੜੀਏ ਤੇ ਮੂੰਹ ਭੰਨੀਏ ਉਸ ਜਰਵਾਣੇ ਦਾ ਸੱਚਿਆ ਖਾਂ।
ਸਾਡੀ ਅੱਖ ਮੰਗਾਲ ਬਾਬਾ ਦੀਪ ਸਿੰਘ ਸਾਹਿਬ ਜੀ ਸੁਣਦਿਆਂ ਸਾਰ ਵੀਰ ਰਸਤੇ ਵਿੱਚ ਆ ਗਏ ਕਈ ਕਹਿੰਦੇ ਵੀ ਮਹਾਰਾਜ ਦੀ ਬਾਣੀ ਲਿਖਦੇ ਸੀ ਕਲਮ ਰੱਖ ਦਿੱਤੀ ਕਈਆਂ ਦੇ ਚੌਰ ਕਰਦੇ ਸੀ ਬਾਬਾ ਜੀ ਚੌਰ ਰੱਖ ਦਿੱਤਾ ਖੰਡਾ ਖੰਡਾ ਧੂ ਕੇ ਕਹਿੰਦੇ ਸਿੰਘ ਅਸੀਂ ਬੈਠੇ ਹੋਈਏ ਇੱਥੇ ਆਨੰਦ ਚ ਤੇ ਹਰਿਮੰਦਰ ਸਾਹਿਬ ਦੀ ਜ਼ਾਲਮ ਕਰਦਾ ਹੋਵੇ ਬੇਹੁਰਮਤੀ ਔਰ ਲੱਖ ਲਾਣ ਤੇ ਸਾਡੇ ਜਿਉਣ ਦੇ ਸਿਰ ਤੇ ਕੱਫਣ ਬੰਨ ਲਿਆ ਬਾਬਾ ਜੀ ਨੇ 75 ਵਰਿਆਂ ਦੀ ਉਮਰ ਸੀ ਮਹਾਰਾਜ ਬਾਬਾ ਦੀਪ ਸਿੰਘ ਸਾਹਿਬ ਦੀ 57 ਸਾਲ 18 ਸਾਲਾਂ ਦੇ ਮਹਾਰਾਜ ਨੂੰ ਮਿਲੇ ਰਹਿੰਦੇ 57 ਸਾਲ ਪੰਥ ਦੇ ਲੇਖੇ ਹੀ ਲਾ ਤੂੰ ਪੂਰੇ 75 ਸਾਲਾਂ ਦੀ ਉਮਰ ਹੁਣ ਪੰਥ ਦਾ ਜਰਨੈਲ ਜੋਸ਼ੀਲੀ ਤਕਰੀਰ ਕਰ ਰਿਹਾ ਕਹਿਣ ਲੱਗੇ ਉਹ ਸਿੰਘ ਅਸੀਂ ਪੁੱਤਰ ਹਾਂ ਗੁਰੂ ਦਸ਼ਮੇਸ਼ ਜੀ ਦੇ ਸਦਾ ਸੱਚ ਦੇ ਪੱਖ ਤੇ ਆਣ ਵਾਲੇ ਦੇਸ਼ ਕੌਮ ਤੇ ਧਰਮ ਦੀ ਸ਼ਮਾ ਉੱਤੇ ਓਏ ਅਸੀਂ ਬਾਗ ਪਤੰਗਿਆ ਸੜਨ ਵਾਲੇ ਆ ਸਿੰਘ ਡਰਦੇ ਨਹੀਂ ਕਦੇ ਵੀ ਮੌਤ ਕੋਲੋਂ ਹੱਸ ਹੱਸ ਕੇ ਚੜ ਖੜੀ ਚੜਨ ਵਾਲੇ ਸਿਰ ਰੱਖ ਕੇ ਆਪਣੇ ਤਲੀ ਉੱਤੇ ਤੇ ਗਲੀ ਯਾਰ ਦੀ ਫੇਰ ਹਾਂ ਫੜਨ ਵਾਲੇ ਅਸੀਂ ਜਨਮੇ ਹਾਂ ਖੰਡੇ ਦੀ ਧਾਰ ਵਿੱਚੋਂ ਵਧੇ ਫੁੱਲੇ ਹਾਂ ਅਸੀਂ ਕਿਰਪਾਨ ਦੇ ਨਾਲ ਉਹ ਜੇਕਰ ਜੀਆਂਗੇ ਜੀਆਂਗੇ ਅਣਖ ਦੇ ਨਾਲ ਮਰਨਾ ਪਿਆ ਤੇ ਮਰਾਂਗੇ ਸ਼ਾਨ ਦੇ ਨਾਲ ਕਹਿੰਦੇ ਮਰਦਾਂ ਦੀ ਮੁਕਤੇ ਮਰਾਂਗੇ ਬਾਬਾ ਦੀਪ ਸਿੰਘ ਜੀ ਨੇ ਕਾਣੋਖਾ ਪਰਨ ਉੱਥੇ ਖੜ ਕੇ ਕੀਤਾ ਕਹਿੰਦੇ ਖਾਲਸਾ ਜੀ ਅੱਜ ਮੈਂ ਇੱਥੇ ਖੜ ਕੇ ਪ੍ਰਣ ਕਰਦਾ ਆ ਕਹਿੰਦਾ ਬਾਬਰ ਸ਼ੇਰ ਦੇ ਵਾਂਗੂ ਆ ਕਰਜਦਾ ਸੀ ਕੀ ਕਹਿੰਦੇ ਕਹਿੰਦਾ ਦੁਸ਼ਟਾਂ ਨੂੰ ਮਾਰ ਕਾਵਾਗਾ ਮੈਂ ਜਿਨ੍ਹਾਂ ਜ਼ਾਲਮਾਂ ਤਾਲ ਨੂੰ ਪੂਰੀ ਆਏ ਬੱਟ ਬੱਟ ਬਾਡੇ ਉਹਨਾਂ ਦੇ ਸੱਥਰ ਵਿਛਾਵਾਗਾ ਮੈਂ ਅੰਮ੍ਰਿਤ ਸਾਰ ਜੋ ਜ਼ਾਲਮਾਂ ਅੱਤ ਚੁੱਕੀ ਅੱਤ ਹੋਣਾ ਉਹਨਾਂ ਦੀ ਖੰਡੇ ਨਾਲ ਲਾਵਾਗਾ ਮੈਂ ਸਿਰ ਤਲੀ ਧਰ ਯਾਰ ਦੀ ਗਏ ਜਾ ਕੇ ਹਰਿਮੰਦਰ ਸਾਹਿਬ ਆਜ਼ਾਦ ਸੀਸ ਦੀ ਚਾਰ ਭੇਟਾ ਸੱਚ ਖੰਡ ਤੋਂ ਸੱਚ ਖੰਡ ਜਾਵਾਂਗਾ ਕਹਿਣ ਲੱਗੇ ਮੋਰਾਂ ਵਾਲੀਆ ਸੀਸ ਦੀ ਚਾਰ ਭੇਟਾ ਸੱਚ ਖੰਡ ਤੋਂ ਸੱਚ ਖੰਡ ਜਾਵਾਂਗਾ ਮੈਂ ਉਹ ਕਹਿੰਦੇ ਅੰਮ੍ਰਿਤਸਰ ਪ੍ਰਸ਼ਾਦ ਚੜਾਉਣ ਲੋਕੀ ਹੈ ਪਰ ਸੀਸ ਦੀ ਭੇਟ ਚੜਾਵਾਂਗਾ ਮੈਂ ਪੰਥ ਦੇ ਜਰਨੈਲ ਨੇ ਜਦੋਂ ਕੀਤਾ ਅਨੋਖਾ ਪ੍ਰਣ ਸਿੰਘਾਂ ਨੇ ਵੀ ਛੱਡੇ ਜਕਾਰੇ ਆਪਣੇ ਨਾਲ ਦੇ ਕਈ ਸਿੰਘ ਨਾ ਪਿੰਡਾਂ ਨੂੰ ਗਏ ਹੋਏ ਆ ਬਾਬਾ ਜੀ ਕਹਿੰਦੇ ਨੱਥਾ ਸਿੰਘਾ ਹੁਣ ਉਹਨਾਂ ਦੀਆਂ ਇੰਤਜ਼ਾਰਾਂ ਕਰੀਏ ਉਹ ਨੱਥਾ ਸਿੰਘਾ ਜਿਨ੍ਹਾਂ ਨੂੰ ਪਤਾ ਲੱਗੇਗਾ ਆਪਣੇ ਆਪ ਆ ਜਾਏਗਾ ਬਾਬਾ ਨੱਥਾ ਸਿੰਘ ਜੀ ਕਹਿੰਦੇ ਬਾਬਾ ਜੀ ਇੰਝ ਕਰੋ ਦੋ ਅੱਖਰ ਲਿਖ ਦਿਓ ਦੋ ਸਿੰਘ ਮੈਂ ਘਲਾ ਦੂੰ ਤੇ ਜਿਹੜੇ ਘਰਾਂ ਵਿੱਚ ਬੈਠੇ ਨਾ ਉਹਨਾਂ ਨੂੰ ਵੀ ਸੱਦੀਏ ਉਹਨਾਂ ਨੂੰ ਤੇ ਪਤਾ ਹੀ ਕੋਈ ਨਹੀਂ ਉਹ ਮਰਨੇ ਤੋਂ ਨਹੀਂ ਡਰਦੇ ਉਹ ਲੜਨੇ ਤੋਂ ਨਹੀਂ ਡਰਦੇ ਉਹ ਸਿਰ ਤਲੀ ਤੇ ਧਰਕੇ ਤੁਰਨ ਵਾਲੇ ਨੇ ਉਹਨਾਂ ਨੂੰ ਸੱਦਣਾ ਚਾਹੀਦਾ ਲਓ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਲੈ ਕੇ ਕਾਗਜ਼ ਤੇ ਕਲਮ ਕੋਰੇ ਕਾਗਜ਼ ਦੀ ਹਿੱਕ ਦੇ ਉੱਤੇ ਜਿਹੜੀ ਚਿੱਠੀ ਲਿਖਦੇ ਨਾ ਇਹ ਚਿੱਠੀ ਸਿੰਘ ਉਹਨਾਂ ਸਿੰਘਾਂ ਨੂੰ ਹੀ ਨਹੀਂ ਸੀ ਇਹ ਨਹੀਂ ਵੀ ਬਾਬਾ ਜੀ ਨੇ ਉਦੋਂ ਹੀ ਆਪਣੇ ਨਾਲਦਿਆਂ ਨੂੰ ਲਿਖੀ ਤੁਹਾਨੂੰ ਵੀ ਆ ਇਹ ਬਾਬਾ ਦੀਪ ਸਿੰਘ ਦੀ ਚਿੱਠੀ ਆ ਤੇ ਤੁਹਾਡੇ ਸਾਰਿਆਂ ਵਾਸਤੇ ਆ ਚਿੱਠੀ ਦੀਆਂ ਲਾਈਨਾਂ ਖਿਆਲ ਨਾਲ ਸੁਣ ਲਿਓ ਇਹ ਬਾਬਾ ਦੀਪ ਸਿੰਘ ਜੀ ਦੀ ਚਿੱਠੀ ਖਾਲਸੇ ਪੰਥ ਨੂੰ ਆਈ ਹੈ ਬਾਬਾ ਦੀਪ ਸਿੰਘ ਲਿਖਦਾ ਹੈ ਚਿੱਠੀਆਂ ਬਈ ਬਾਬਾ ਦੀਪ ਸਿੰਘ ਦੀਪ ਸਿੰਘ ਲਿਖਦਾ ਹੈ ਚਿੱਠੀਆਂ ਆਇਆ ਜੋ ਸਿੰਘ ਗੱਜ ਭੱਜ ਕੇ ਸਾਰੇ ਸਾਰੇ ਮਰਨੋ ਨਾ ਜੜ ਡਰਦੇ ਗੁਰੂ ਪਿਆਰੇ ਬਾਲਦੇ
ਅਸੀਂ ਹਾਂ ਜੋ ਦੇ ਮੌਤ ਨੂੰ ਮਖੌਲ ਕਰਕੇ ਦਿਖਾਈਏ ਦਿਖਾਈਏ ਬਾਜੀ ਅੱਜ ਸਿਰ ਨਾਲ ਦੀ ਸਿੰਘ ਲਾਈਏ ਸ਼ਹੀਦੀਆਂ ਦੇ ਪਾਉਣ ਦਾ ਤਲੀ ਉੱਤੇ ਜਾਨਾ ਰੱਖ ਕੇ ਆਪ ਆਪ ਲਿਖ ਦਰਬਾਰ ਸਾਹਿਬ ਦੇ ਜਿੰਦ ਲਾਵ ਟੋਟਲ ਗਿਣਤੀ ਹੈ 500 ਸਿੰਘਾਂ ਦਾ ਜਥਾ ਬਾਬਾ ਜੀ ਦੇ ਨਾਲ ਸੀ ਤੇ ਜਦੋਂ ਬਾਬਾ ਦੀਪ ਸਿੰਘ ਜੀ ਮਾਝੇ ਦੀ ਧਰਤੀ ਤੇ ਦਰਿਆ ਕੀਤਾ ਪਾਰ ਤੇ ਤਰਨ ਤਾਰਨ ਸਾਹਿਬ ਆ ਗਏ ਨਾ ਤਰਨ ਤਾਰਨ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਦੇ ਅਸਥਾਨ ਦੇ ਉੱਤੇ ਤੇ ਉੱਥੇ ਆ ਕੇ ਸਿੰਘਾਂ ਦੀ ਗਿਣਤੀ ਕੀਤੀ ਗਿਣਤੀ ਕਿੱਡੀ ਹੋਈ 500 ਤੋਂ 10,000 ਇਹ ਥੋੜੀ ਗਿਣਤੀ ਨਹੀਂ 500 ਤੋਂ 10,000 ਗਿਣਤੀ ਬਣ ਗਈ ਗੁਰੂ ਕੇ ਲਾਲਾਂ ਦੀ ਸਰੋਵਰ ਲਗਵਾਇਆ ਸੀ ਨਾ ਉਹ ਸਰੋਵਰ ਦੇ ਵਿੱਚ ਬਾਬਾ ਜੀ ਨੇ ਇਸ਼ਨਾਨ ਕੀਤਾ ਤੇ ਤਨ ਦੇ ਉੱਤੇ ਕੇਸਰੀ ਬਾਣਾ ਸ਼ਹੀਦੀ ਬਾਣਾ ਪਾ ਲਿਆ ਬਾਬਾ ਜੀ ਨੇ ਸੀਸ ਦੇ ਉੱਤੇ ਬਾਬਾ ਜੀ ਨੇ ਦਮਾਲਾ ਸਜਾਇਆ ਉੱਤੇ ਚੱਕਰ ਲਾਏ ਨੇ ਉੱਥੇ ਚੱਕਰ ਲਾ ਕੇ ਸ਼ਸਤਰ ਸਜਾ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਚਕਾਰਾ ਛੱਡਿਆ ਕਹਿੰਦੇ ਸਿੰਘੋ ਹੋ ਜਾਓ ਸਾਰੇ ਸਾਵਧਾਨ ਆਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਕਰਕੇ ਅਰਦਾਸਾ ਵੇ ਪੰਥ ਦਾ ਜਰਨੈਲ ਹੱਥ ਦੇ ਵਿੱਚ ਲੈ ਕੇ ਖੰਡਾ ਖੜ ਗਿਆ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਵਿੱਚ ਕਹਿੰਦੇ ਜੀ ਉਹਨਾਂ ਕੀਤਾ ਅਰਦਾਸਾ ਅਰਦਾਸਾ ਕੀ ਕੀਤਾ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਇਤਿਹਾਸ ਪ੍ਰਗਟ ਗੁਰ ਤੇ ਅਮਰਦਾਸ
ਦਾਸ ਰਾਮਦਾਸ ਹੋਈ ਸਹਾਰ ਹਰ ਗੋਬਿੰਦ ਨੋ ਸਿਮਰਾ ਸ੍ਰੀ ਹਰ ਰਾਮ ਸ੍ਰੀ ਹਰ ਕ੍ਰਿਸ਼ਨ ਤੇ ਆਇਆ ਜਿਸ ਡਿਠਾ ਸਭ ਦੁੱਖ ਚਲ ਤੇਗ ਬਹਾਦਰ ਸਿਮਰੀਏ ਕਰਨਾ ਉਹ ਨੇ ਤੇ ਆਵੇ ਸਭ ਥਾਈ ਹੋਏ ਪੱਥ ਦੇ ਮਾਲਕ ਬਾਜਾਂ ਫੌਜਾਂ ਵਾਲੇ ਸ਼ਮਸ਼ੇਰ ਬਹਾਦਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਰ ਸਿਮਰ ਕੇ ਸ਼ੀਟਾਂ ਮਰੀਦਾਂ ਪਿਆਰਿਆਂ ਸਚਿਆਰਿਆਂ ਨੂੰ ਕਾੜ ਕੜਾ ਕਰ 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 ਕਰਦੀਆਂ ਮਾਰ ਕੇ ਨਿਗਾਰਿਆਂ ਤੇ ਚੁੱਟ ਬਾਬਾ ਦੀਪ ਸਿੰਘ ਜੀ ਨੇ ਜੋ ਇੱਕ ਅਨੋਖਾ ਪਰਲ ਕੀਤਾ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਖੜ ਕੇ ਉਹਨਾਂ ਲਾਈਨਾਂ ਨੂੰ ਮੋਹਰਾਂ ਵਾਲੀਆਂ ਦਾ ਜਥਾ ਅਲਗੋਜ਼ਿਆਂ ਦੀ ਤਰਜ ਤੇ ਇਉਂ ਕਹਿੰਦਾ ਵੀ ਸਰਕਾਰ